ਵਾਪਸੀ ਹੋਈ ਹੈ ਕਮੇਟੀ ਦੀ ਵਾਪਸੀ ਹੋਏਗੀ ਸਾਰਾ ਕੁਝ ਹੀ ਹੋਊਗਾ राजनीतिक एजेंडे वाले पार्टी जी मौजूदा कमेटी चल पई है बस उन्होंने लाने की जी जबरदस्ती की कमेटी बनी है उस करके सारी जो कवायद हो रही है गज गज कर एक जावे निहाल हो जावे कलगी दशमेश पातशाह जी दे पावन पवित्र चरणां नूं पावे नाम ते समुंदर उफान ते ने काहे नात वंगरा अटोल तेरा खालसा देखो आ जी ऑफिस ही पिछले 30-40 साल का श्रोमणी अकाली दल का ऑफिस है तो जिहड़ा दूजा ग्रुप है उन्हें धक्के ना ही कब्जा कर लिया अभी तो वापस रिस्टोर किया मगर सर दिल्ली की वापसी हुई है दफ्तर की वापसी हुई है कमेटी की वापसी होगी सारा कुछ ही होगा कौम दे गदारा नू कौम ही सजा दिंदी है दुर्वरतों हो रही है अज कुमार विश्वास ने ते अलका लंबा दे घर भी पुलिस पहुंची पंजाब दे तुसी 10 साल सरकार रही लेकिन ये चीजा देखण नू नहीं मिलियां देखो आ बिल्कुल ही कॉन्स्टिट्यूशन दे गलत है ते जेड़ा हर पुलिस दी ज्यूरिडिक्शन है इहदा मतलब नहीं है कि पंजाब हिंदुस्तान दा वख हिस्सा बन गया तुसी पुलिस जिते मर्जी भेज के किसी मर्जी नू चक लो बिल्कुल वायलेशन ऑफ द कॉन्स्टिट्यूशन है एसओएल दा बड़ा क्लियर है एक बूंद पानी असी नहीं दे सकते एसओएल नहर अकाली दल नहीं निकल दूगा जिहड़ी वड्डी गल है सरदार प्रकाश सिंह जी बादल जो चीफ मिनिस्टर सी उन्होंने जिहड़ी एसओएल की जमीन अक्वायर कीती सी वह भी वापस फार्मर्स नूं देती है हुण एसओएल का मुद्दा जिहड़ा आम आदमी पार्टी उठा रही है कि पानी लेके जाना है ਉਹ ਸੁਪਨੇ ਰਹਿਣਗੇ ਉਹਨਾਂ ਦੇ ਜੋ ਮਰਜ਼ੀ ਜ਼ੋਰ ਲਾ ਲੈਣ ਅਸੀਂ ਨਹੀਂ ਜਾਣਦੇ ਬਾਦਲ ਸਾਹਿਬ ਰਾਜੋਲਾ ਸਾਹਿਬ ਦੀ ਚਿੱਠੀ ਤੁਸੀਂ ਲਿਖੀ ਹੈਗੀ ਹੈ ਭਾਜਪਾ ਸਿੰਘਵਾਰਾਂ ਦੀ ਚਿੱਠੀ ਲਿਖੀ ਜਾਏਗੀ ਜ਼ਰੂਰ ਸਾਰਿਆਂ ਵਾਸਤੇ ਸਾਰੇ ਬੰਦੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਗੁੰਜਾਂ ਸਿੱਖ ਸਿਆਸਤ ਦੀਆਂ ਅੱਜ ਸ਼ਿਰੋਮਣੀ ਅਕਾਲੀ ਦਲ ਦਿੱਲੀ ਔਰ ਸ਼ਿਰੋਮਣੀ ਅਕਾਲੀ ਦਲ ਮੋਢੇ ਤੋਂ ਮੋਢਾ ਮਿਲਾ ਕੇ ਕੌਮ ਦੀ ਰਹਿਨਮਾਈ ਵਾਸਤੇ ਇਕੱਠੇ ਹੋਏ ਨੇ ਅਨਮਨ ਗੁਰਮੀਤ ਸਿੰਘ ਛੰਡੀ ਜੀ ਛੰਡੀ ਜੀ ਅੱਜ ਜਿਹੜਾ ਪ੍ਰੋਗਰਾਮ ਸੀ ਖੰਡਪਾ ਸਮਾਪਨ ਦਾ ਪ੍ਰੋਗਰਾਮ ਜ਼ਰੂਰ ਸੀ ਮਗਰ ਸ਼ਕਤੀ ਪ੍ਰਦਰਸ਼ਨ ਵੀ ਸੀ ਕਿਧਰ ਨਾ ਕਿਧਰ ਦੇਖਿਆ ਜਾਏ ਤੇ ਅੱਜ ਦੋਨੋਂ ਪਾਰਟੀਆਂ ਇੱਕ ਹੋ ਗਈਆਂ ਨੇ ਜਾਗੋ ਪਾਰਟੀ ਪਹਿਲੇ ਨਾਲ ਚੱਲਦੀ ਪਈ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਹੈਗੀ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਦਫ਼ਤਰ ਜਿਹੜਾ ਮੁੜ ਤੋਂ ਵਾਪਸ ਲਿਆ ਜਿਹੜਾ ਪਿਛਲੇ ਕੁਝ ਤਾਕਤਾਂ ਨੇ ਕਬਜ਼ਾ ਕਰ ਲਿਆ ਸੀ ਮੈਂ ਸਮਝਦਾ ਉਹਦੇ ਵਜੋਂ ਉਹਨਾਂ ਨੇ ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਸਾਹਿਬ ਦਾ ਖੰਡਪਾਠ ਸਾਹਿਬ ਰਖਵਾਏ ਸਨ ਅੱਜ ਉਹਨਾਂ ਦੇ ਭੋਗ ਪਏ ਸਨ ਅਤੇ ਜਿਹਦੇ ਵਿੱਚ ਸਾਨੂੰ ਵੀ ਉਹਨਾਂ ਨੇ ਮਤਲਬ ਉੱਥੇ ਹਾਜ਼ਰੀ ਭਰਨ ਲਈ ਸੱਦਾ ਭੇਜਿਆ ਸੀ ਮੈਂ ਸਮਝਦਾ ਕਿ ਗੱਲ ਜਦੋਂ ਕੌਮ ਦੀ ਹੋਏਗੀ ਪੰਥ ਦੀ ਚੜ੍ਹਦੀ ਕਲਾ ਦੀ ਹੋਏਗੀ ਪੰਥ ਦੇ ਵਿੱਦਿਅਕ ਅਦਾਰਿਆਂ ਦੀ ਗੱਲ ਹੋਏਗੀ ਅਤੇ ਭਾਵੇਂ ਸਾਡੇ ਪਾਰਟੀ ਵਾਈਜ਼ ਕਿਸੇ ਨਾਲ ਕਿਤਨੇ ਵੀ ਮਤਭੇਦ ਹੋਣ ਕਿਤਨੇ ਵੀ ਆਪਸ ਵਿੱਚ ਕਈ ਜਗ੍ਹਾ ਦੇ ਉੱਤੇ ਸਾਡੇ ਮਤਲਬ ਰਾਏ ਨਾ ਮਿਲਦੀ ਹੋਵੇ ਲੇਕਿਨ ਮੈਂ ਸਮਝਦਾ ਕਿ ਜੇ ਕੋਈ ਵੀ ਤਾਕਤ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇਗੀ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇਗੀ ਉਸ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹਮੇਸ਼ਾ ਵਨ ਟਾਈਮ ਏਜੰਡਾ ਵੀ ਰਿਹਾ ਔਰ ਸਭ ਤੋਂ ਵੱਡੀ ਸੋਚ ਵੀ ਸਾਡੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਦੀ ਕਿ ਉਸ ਵਕਤ ਸਾਰੀਆਂ ਗੱਲਾਂ ਨੂੰ ਭੁਲਾ ਕੇ ਸਾਰੇ ਮਤਭੇਦ ਨੂੰ ਭੁਲਾ ਕੇ ਉਸ ਕਾਜ ਲਈ ਉਸ ਕਾਰਜ ਲਈ ਅਸੀਂ ਸਭ ਤੋਂ ਅੱਗੇ ਖੜ੍ਹੇ ਹੋਵਾਂਗੇ ਭਾਵੇਂ ਗੱਲ ਕੁਰਬਾਨੀਆਂ ਦੇ ਹੋਵੇ ਅਤੇ ਭਾਵੇਂ ਗੱਲ ਮੋਰਚਿਆਂ ਦੇ ਹੋਵੇ ਅਤੇ ਅਸੀਂ ਉਸ ਗੱਲ ਦੇ ਉੱਤੇ ਪਹਿਰਾ ਦਿੰਦੇ ਹਾਂ ਜਿੱਥੇ ਹਾਜ਼ਰੀ ਭਰਨ ਲਈ ਆਏ ਸੀ ਜਿਸ ਕਰਕੇ ਸਾਨੂੰ ਸੱਦਾ ਦਿੱਤਾ ਗਿਆ ਮਗਰ ਤੁਸੀਂ ਪੋਲੀਟੀਕਲ ਗੱਲ ਨੂੰ ਗੋਲ ਛੁਪਾ ਗਏ ਹੋ ਕਿਉਂਕਿ ਤਿੰਨੋਂ ਪਾਰਟੀਆਂ ਇਕੱਠੀ ਹੋ ਗਈਆਂ ਨੇ ਅਤੇ ਅਵਤਾਰ ਸਿੰਘ ਹਿੱਤ ਨੇ ਕਿਹਾ ਵੀ ਤਾਂ 25 ਮੈਂਬਰ ਇਕੱਠੇ ਹੋ ਚੁੱਕੇ ਹਨ 26-27 ਹੁੰਦੇ ਤੁਹਾਨੂੰ ਕੱਢ ਕੇ ਬਾਹਰ ਮਰੇ ਲਫ਼ਜ਼ ਵਰਤਿਆ ਗੱਲ ਤਾਂ ਇਹ ਹੈਗੀ ਕਿ ਜਿਹੜੀ ਐਸਟਮ ਗੁਰਦੁਆਰਾ ਕਮੇਟੀ 'ਤੇ ਜ਼ਬਰਦਸਤੀ ਦਾ ਕਬਜ਼ਾ ਕਰਕੇ ਕਾਬਜ਼ ਕਮੇਟੀ ਹੈ ਅਗਰ ਉਹ ਪੰਥ ਦੀ ਕਾਣ ਕਰ ਰਹੀ ਹੈ ਕੌਮ ਨੂੰ ਕਾਣ ਕਰ ਰਹੀ ਹੈ ਸਾਡੇ ਵਿੱਦਿਅਕ ਅਦਾਰਿਆਂ ਦਾ ਕਾਣ ਕਰ ਰਹੀ ਹੈ ਗੁਰਦੁਆਰਾ ਕਮੇਟੀ ਦੀ ਮਰਿਆਦਾਵਾਂ ਨੂੰ ਤਾਰ ਤਾਰ ਕਰ ਰਹੀ ਹੈ ਗੁਰਦੁਆਰਾ ਕਮੇਟੀ ਨੂੰ ਉਹਨਾਂ ਦਾ ਰੁੱਖ ਹੀ ਦੂਜੇ ਪਾਸੇ ਰਾਜਨੀਤੀ ਵਾਲੇ ਪਾਸੇ ਮੋੜਤਾ ਗਿਆ ਹੈ ਹਰ ਮੈਂਬਰ ਨੂੰ ਇਸ ਤਰ੍ਹਾਂ ਜਿਹੜੇ ਸੇਵਾਦਾਰਾਂ ਨੂੰ ਵਰਦੀਆਂ ਪਵਾ ਕੇ ਮਤਲਬ ਬਾਡੀਗਾਰਡ ਤੱਕ ਬਣਾ ਕੇ ਨਾਲ ਚਲਾ ਦਿੱਤਾ ਹੈ ਗੁਰੂ ਪੰਥ ਦੀ ਮਰਿਆਦਾਵਾਂ ਮੈਂ ਸਮਝਦਾ ਤਾਰ ਤਾਰ ਹੋ ਰਹੀਆਂ ਨੇ ਅਤੇ ਗੱਲ ਤਾਂ ਫਿਰ ਉੱਥੇ ਹੀ ਆ ਗਈ ਨਾ ਅਤੇ ਉਹਨਾਂ ਨੂੰ ਥੱਲੇ ਲਾਹਣ ਦੇ ਲਈ ਜੇ ਅਸੀਂ ਇਕੱਠੇ ਹੋ ਰਹੇ ਹਾਂ ਅਤੇ ਗੱਲ ਸਿਰਫ ਕੌਮ ਦੀ ਔਰ ਪੰਥ ਦੀ ਔਰ ਪੰਥ ਦੇ ਵਿੱਦਿਅਕ ਅਦਾਰਿਆਂ ਦੀ ਹੈ ਜਿਹੜਾ ਮਰਜ਼ੀ ਹਾਲ ਚੁੱਕ ਕੇ ਦੇਖ ਲਓ ਭਾਵੇਂ ਸਕੂਲਾਂ ਦਾ ਕਾਲਜਾਂ ਦਾ ਅੱਜ ਕਿੱਥੇ ਖੜ੍ਹੇ ਨੇ
ना उन्हों की वो क्वालिटी रही ना उन्होंने उस तरह की मतलब जी पढ़ाई होनी चाहिए थी या टीचर का जिस तरह का उन्होंने हक मिलना चाहिए थी सब तरफों गलत हो रहा सिर्फ और सिर्फ एक मतलब राजनीतिक एजेंडे वाले पार्टी जी मौजूदा कमेटी चल पी है बस उन्होंने लाने की जो जबरदस्ती की कमेटी बनी है उस करके सारी जो कवायद हो रही है ऐसी गुरमीत सिंह चंडी जी ने गल रखी देखते रहो वॉइस ऑफ इंडिया।